बड़ी लंबी आयु परमेश्वर दे सो दोषी आप मनुखा नालते दी ऊपर नमेरी सी किरण जीवी सी
सोदर जाति जोधन आवे सोदर जाति करना ऊंच रहन फिरना ही जोधन आवे सोदर जाति करना ऊंच रहन फिरना ही संग चलत है हम इतना दूर गवन सिर ऊपर मरना सोया जाग जाना तय जीवन तक सच कर जाना क्या तू सोया जाग जाना तय जीवन तक सच कर जाना रहो जिन जियो दिया सुरिक तुमरा में सब कट पितर हार चलावे कर बंदनी ठाट मैं मेरा हृदय नाम सवास मेरा हृदय नाम समास मेरा जन्म सरलो पंथ मा सवारा सान परी तह जन्म सरा पंथ न सवार सान परी तह संध्यारा कहर उदास दान दिवाने ਉੱਚੀ ਚੱਲਿਆ ਤਾਂ ਮਨ ਖਾ ਪੂਰਾ
Учительси Кантра, Танкуй Намча Тейба, Тейдай Шосимкум Сахурдай Сукхвас, Урмидам Чаджа Ачар Сикха, Ачар Сикха Курпаде Манатвето, Савна Савдайна, Саммуклама Арат, Нанатва Свадми, Дисайнал Пьяр, Савна Савдайна, Саммуклама Арат, Нанатва Свадми, Дисайнал Пьяр,
ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤਿਆਰੇ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿਨ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਾਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪੇ ਵੰਡ ਕੇ ਛੱਡਿਆ ਤੇਗ ਚਲਾਈ ਤੇ ਵਾਹੀ ਦੇਖ ਕੇ ਪ੍ਰਗਟ ਕੀਤਾ ਤਿੰਨਾਂ ਪਿਆਰਿਆਂ ਸਜਾਇਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਕਰਨਗੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਕੰਨ ਖਾਰਿਆਂ ਨਾਲ ਜੀ ਆਏ ਗੁਰਦੁਆਰਿਆਂ ਦੀ ਸੇਵਾ ਜਿੱਤ ਕੁਰਬਾਨੀਆਂ ਕੀਤੀਆਂ ਤਨ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਂਭ ਨਿਭਾਈ ਇਹਨਾਂ ਸਿਰਪਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਪੰਜਾਂ ਤਖਤਾਂ ਸਬੱਦ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਚੇਤਾ ਮਨ ਕਾ ਸਦਕਾ ਸੁਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲ ਬੁੱਲ ਕੇਸ ਦਾਨ ਰਹਿਤ ਦਾਨ ਅਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਕੀਆਂ ਚੱਟੇ ਮੁੰਗਲ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਕਾਲ ਖੁਬ ਸ੍ਰੀ ਵਾਹਿਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਜੀ ਨੂੰ ਵਿਛੋੜਿਆ ਗਿਆ ਹੈ ਗੁਰਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੀਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ ਦੀਵਾਨਿਆਂ ਦੇ ਮਾਣ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਦੇ ਆਸਰਿਆਂ ਦਾ ਆਸਰਾ ਦਾਤਾਰ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹੁਕਮਾਂ ਅਨੁਸਾਰ ਰਾਣਾ ਰਾਓ ਨਾ ਪੁਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰਿ ਗੁਣ ਗਾਇਲ ਛਾੜ ਸਗਲ ਜੰਜਾਲ ਆਪ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਦੇ ਪੇਜੇ ਹੋਏ ਭਾਈ ਇੰਦਰਜੀਤ ਸਿੰਘ ਜੀ ਜਿਵੇਂ ਆਪ ਜੀ ਨੇ ਸੰਸਾਰ ਵਿੱਚ ਚਲਾਇਆ ਚੱਲੇ ਜੋ ਆਪ ਜੀ ਨੇ ਕਾਰ ਵਿਵਹਾਰ ਬਖਸ਼ਿਸ਼ ਕੀਤਾ ਤਿਵੇਂ ਕੀਤਾ ਆਪ ਜੀ ਦੇ ਹੁਕਮਾਂ ਅਨੁਸਾਰ ਇਸ ਮਾਰਗ ਲੋਕ ਨੂੰ ਪਰਲੋਕ ਨੂੰ ਗਮਨ ਕਰ ਗਏ ਸਨ ਇਹਨਾਂ ਦੀ ਆਤਮਕ ਕਲਿਆਣ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਕਰਦਿਆਂ ਹੋਇਆਂ ਆਪ ਜੀ ਕੀ ਲਾਜੀ ਬਾਣੀ ਕੇ ਜਾਪ ਦੇ ਉਪਰੰਤ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਿਮਰੇ ਕੁਲ ਚਾਰ ਤਾਰੇ ਹਰ ਦਰ ਹੈ ਪਰਗ ਸੁ ਜਾਇਨ ਆਪ ਜੀ ਕੇ ਦਰ ਪਰ ਦੀ ਉਡੀ ਦਾ ਕੀਰਤਨ ਰੂਪ ਵਿੱਚ ਆਪ ਜੀ ਦੀ ਸਾਧ ਸੰਗਤ ਜੀ ਨੇ ਆਪ ਜੀ ਕੇ ਚਰਨ ਪਰਸੇ ਹਾਜ਼ਰੇ ਭਰੇ ਜਪਾ ਸ਼ਬਦ ਭੇਟਾ ਸਮਰਪਿਤ ਕੀਤੀ ਸਰਬੱਤ ਸਾਧ ਸੰਗਤ ਜੀ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਭਾਵਨਾ ਪੂਰਤ ਕਰਨੀ
नाम पर पूर करना काल कंटक दूर करना बिरद बाणी की लाय रखनी अपने दरों करों दुर्सिखी जीवन नाम दान की दात बख्शिश करद्या निवार 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 माई पाई आप जी का सी प्रशासक स्वास आप जी का नाम वाहिगुरु 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 करने की कृपा करो श्री मुखार बख्शिश करके सबद सात शंकर जी को कृतार्थ करो सही प्यारे गुरमुख मेलो जिन्हों ने मिलिया आप जी का पावन पवित्र नाम के प्यारे गुरु नानक नाम वाहिगुरु जी का खालसा दोहरा आ गया गुरु कार्य कारण जो सरदा कर सेव दे वाहिगुरु कार्य ਇਸ ਨਗਰ ਦੇ ਵਿੱਚ ਉੱਠ ਕੇ
ਸਕੂਲ ਕਪੂਰਥਲਾ ਤੋਂ ਕਰਕੇ ਉਹਨਾਂ ਨੇ ਭਾਰਤੀ ਨੇਵੀ ਦੇ ਵਿੱਚ ਨੌਕਰੀ ਮਿਲੀ ਉਹਨਾਂ ਨੂੰ ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਪੈਟੀ ਅਫਸਰ ਦਾ ਅਹੁਦਾ ਜਿਹੜਾ ਮੈਂ ਉਹ ਗ੍ਰਹਿਣ ਕੀਤਾ। ਇੱਕ ਬੜੀ ਜ਼ਿੰਮੇਵਾਰੀ ਵਾਲਾ ਅਹੁਦਾ ਭਾਰਤੀ ਨੇਵੀ ਸੈਨਾ ਦੇ ਵਿੱਚ ਕਰਨਾ ਬੜੀ ਜ਼ਿੰਮੇਵਾਰੀ ਗੱਲ ਹੁੰਦੀ ਹੈ। ਬੜੇ ਮਾਣ ਸਨਮਾਨ ਦੇ ਨਾਲ 15 ਕੁ ਸਾਲ ਦੀ ਬੜੀ ਥੋੜ੍ਹੀ ਜਿਹੀ ਸੇਵਾ ਕਰਕੇ ਉਹ ਬਾਇਜ਼ਤ ਆਪਣੇ ਘਰ ਆਏ ਤੇ ਉਸੇ ਹੀ ਆਰਮੀ ਦੇ ਕੋਟੇ ਵਿੱਚੋਂ ਮਿਲਟਰੀ ਕੋਟੇ ਵਿੱਚੋਂ ਉਹਨਾਂ ਨੇ ਨਾਇਬ ਤਹਿਸੀਲਦਾਰ ਦਾ ਸਨਮਾਨ ਯੋਗ ਅਹੁਦਾ ਗ੍ਰਹਿਣ ਕੀਤਾ ਤੇ ਇਸ ਅਹੁਦੇ ਦੇ ਰਹਿੰਦਿਆਂ ਹੋਇਆਂ ਉਹਨਾਂ ਜਿੱਥੇ ਸਮਾਜ ਦੀ ਸੇਵਾ ਕੀਤੀ ਜਿੱਥੇ ਲੋਕਾਂ ਦੇ ਨਾਲ ਬੜਾ ਵੱਡਾ ਵਾਹ ਪੈਂਦਾ ਹੈ ਜਿਨ੍ਹਾਂ ਦੇ ਕੰਮ ਕਰਨੇ ਹੁੰਦੇ ਹੈ ਉਹਨਾਂ ਨੂੰ ਬਾਖੂਬੀ ਆਪਣੀ ਡਿਊਟੀ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਇਹ ਇੱਕ ਐਸੀਆਂ ਨੌਕਰੀਆਂ ਨੇ ਕੋਈ ਐਸੀਆਂ ਕਈ ਵਾਰੀ ਇਹ ਮਹਿਕਮੇ ਮਾਲ ਦਾ ਮਹਿਕਮਾ ਜਿਹਦਾ ਇਹਦੇ ਵਿੱਚ ਬਹੁਤ ਸਾਰੀ ਕਈ ਵਾਰੀ ਦਖਲਦਾਰੀ ਹੋ ਜਾਂਦੀ ਹੈ, ਸਿਆਸੀ ਦਖਲਦਾਰੀ ਹੋ ਜਾਂਦੀ ਹੈ, ਸਮਾਜ ਦੇ ਕਈ ਵਾਰੀ ਅੱਛੇ ਲੋਕ ਵੀ ਕਈ ਵਾਰੀ ਪੁੱਠਾ ਸਿੱਧਾ ਕੰਮ ਕਰਕੇ ਅਫਸਰਾਂ ਨਾਲ ਲੜਾਈ ਕਰਦੇ ਆ ਜਾਂ ਮੁਸ਼ਕਲਾਂ ਪੈਦਾ ਕਰਦੇ ਆ। ਲੇਕਿਨ ਇੰਦਰਜੀਤ ਨੇ ਇਹ ਸਾਰਾ ਕੰਮ ਕਰਦੇ ਹੋਏ ਆਪਣੀ ਘਰੇਲੂ ਪਰੇਸ਼ਾਨੀਆਂ ਨੂੰ ਸਮਝਦੇ ਹੋਏ, ਕਿਉਂਕਿ ਉਹਨਾਂ ਦਾ ਛੋਟਾ ਵੀਰ ਜਿਹੜਾ ਹੈ ਉਹ ਜਿਸਮਾਨੀ ਤੌਰ ਦੇ ਉੱਤੇ ਠੀਕ ਨਹੀਂ, ਉਹਨਾਂ ਦੀ ਮਾਤਾ ਜਿਹੜੀ ਹੈ ਉਹ ਵੀ ਉਮਰ ਉਹਨਾਂ ਦੀ ਵੱਧ ਜਾ ਰਹੀ ਹੈ, ਵਧੇਰੀ ਉਮਰ ਦੇ ਵਿੱਚ ਆਮ ਲੋਕਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ। ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਇੰਦਰਜੀਤ ਨੇ ਆਪਣੀ ਦੋਸਤੀ ਦਾ ਪਰਛਾਵਾਂ ਮਾਲ ਮਹਿਕਮੇ ਦਾ ਅਫਸਰਾਂ ਨੂੰ, ਦੋਸਤਾਂ ਨੂੰ, ਆਪਣਿਆਂ ਨੂੰ, ਆਪਣੇ ਨਾਲ ਦੇ ਤਹਿਸੀਲਦਾਰ ਸਾਹਿਬ, SDM ਸਾਹਿਬ, DC ਸਾਹਿਬ, ADC ਸਾਹਿਬ, ਇਹ ਪਰਛਾਵਾਂ ਉਹਨਾਂ ਦੇ ਉੱਤੇ ਪੈਣ ਨਹੀਂ ਦਿੱਤਾ। ਕਹਿਣ ਤੋਂ ਮੇਰਾ ਮਤਲਬ ਹੈ ਬਈ ਬੜੀ ਬਾਖੂਬੀ ਦੇ ਨਾਲ ਜਿੰਨੇ ਦਿਨ ਉਹ ਆਪਣੀ ਡਿਊਟੀ 'ਤੇ ਰਹੇ ਉਹਨਾਂ ਨੇ ਆਪਣੀ ਡਿਊਟੀ ਨੂੰ ਨਿਭਾਇਆ। ਇਸ ਤੋਂ ਇਲਾਵਾ ਮੈਂ ਦੱਸ ਦੇਣਾ ਚਾਹੁੰਦਾ ਹਾਂ ਇਸ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਵੀ ਰਹੇ, ਚਾਹੇ ਉਹ ਭਿੱਖੀਵਿੰਡ ਹੈ, ਤਰਨ ਤਾਰਨ ਹੈ, ਖੇਮਗੜ੍ਹ ਹੈ, ਖਡੂਰ ਸਾਹਿਬ ਹੈ, ਅਜਨਾਲਾ ਹੈ, ਥੋੜ੍ਹਾ ਜਿਹਾ ਚਾਹੇ ਉਹ ਦੁਆਬੇ ਦੇ ਵਿੱਚ ਵੀ ਰਹੇ, ਸ਼ਾਹਕੋਟ ਰਹੇ, ਮਸੀਆਂ ਰਹੇ, ਉੱਥੋਂ ਦੇ ਲੋਕਾਂ ਦੇ ਨਾਲ ਉਹਨਾਂ ਨੇ ਪੂਰੀ ਦੋਸਤੀ, ਅਜੇ ਤੱਕ ਵੀ ਸਾਨੂੰ ਪਤਾ ਇਸ ਗੱਲ ਦਾ। ਅੱਜ ਹਰ ਚਿਹਰਾ, ਹਰ ਮਨ ਉਦਾਸ ਹੈ ਜਿਨ੍ਹਾਂ ਦੇ ਨਾਲ ਉਹਨਾਂ ਨੇ ਰਲ ਕੇ ਕੰਮ ਕੀਤਾ। ਉਹਨਾਂ ਦੀ ਭੈਣ ਦੀ ਭਗਵੰਤਜੀਤ ਕੌਰ ਜੀ ਜਿਹੜੇ ਪੇਸ਼ੇ ਵਜੋਂ ਇੱਕ ਹੈਲਥ ਮਹਿਕਮੇ ਦੇ ਨਾਲ ਮੈਡੀਕਲ ਦੀਆਂ ਸਹੂਲਤਾਂ ਦਿੰਦੇ ਆ ਲੋਕਾਂ ਨੂੰ, ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਆ, ਅੱਖਾਂ ਦਾ ਕੈਂਪ ਲਾਉਂਦੇ ਆ, ਫ੍ਰੀ ਦਵਾਈਆਂ ਦਿੰਦੇ ਆ, ਫ੍ਰੀ ਐਨਕਾਂ ਦਾ ਵਿਤਰਨ ਕਰਦੇ ਆ, ਉਹਦੇ ਵਿੱਚ ਇੰਦਰਜੀਤ ਸਿੰਘ ਧਨੋਏ ਦਾ ਵੀ ਯੋਗਦਾਨ ਹੈ। ਆਪਾਂ ਸਾਰੇ ਇੱਥੋਂ ਦੇ ਲੋਕਲ ਲੋਕ ਬੈਠੇ ਹਾਂ, ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ। ਮੈਨੂੰ ਯਾਦ ਹੈ ਪਿਛਲੇ ਇੱਕ ਸਾਲ ਤੋਂ ਮੈਂ ਇਹਨਾਂ ਦੇ ਨਾਲ ਕੰਮ ਕਰਦਾ ਆ ਰਿਹਾ, ਦਾਓ ਕੇ ਭੈਣੀ, ਪਰੋਪਾਲ, ਰਾਜਾ ਦਾ, ਦੇਸ਼ ਦਾ ਪੱਕਾ ਪਿੰਡ, ਬੱਚੀ ਪਿੰਡ ਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਫ੍ਰੀ ਕੈਂਪ ਲਾ ਕੇ ਔਰ ਗਰੀਬਾਂ ਨੂੰ ਦਵਾਈਆਂ ਦਿੱਤੀਆਂ। ਇਹ ਇੰਦਰਜੀਤ ਦਾ ਹੀ ਬਹੁਤ ਵੱਡਾ ਹੱਥ ਸੀ ਇਹਦੇ ਵਿੱਚ, ਭੈਣ ਦੇ ਪਿੱਛੇ। ਇਸ ਤਰ੍ਹਾਂ ਹੀ ਇਹਨਾਂ ਨੇ ਬਾਪੂ ਜੀ ਦੀ ਯਾਦ ਦੇ ਵਿੱਚ ਕਬੱਡੀ ਕਲੱਬ, ਬਾਪੂ ਊਧਮ ਸਿੰਘ ਧਨੋਆ ਯਾਦਗਾਰੀ ਕਬੱਡੀ ਕਲੱਬ ਦਾ ਗਠਨ ਕੀਤਾ। ਇਹਨਾਂ ਇਲਾਕੇ ਦੇ ਲੋਕਾਂ ਨੂੰ, ਇਹਨਾਂ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਨਾਲ ਦੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਵਾਸਤੇ ਇਹ ਭੈਣ ਭਰਾ ਦਾ ਬਹੁਤ ਵੱਡਾ ਉਦਮ ਸੀ, ਬਹੁਤ ਵੱਡਾ ਉਪਰਾਲਾ ਸੀ। ਉੱਨੀ ਸੌ 99 ਦੇ ਵਿੱਚ ਉਹਨਾਂ ਦੀ
ਸ਼ਾਂਤੀ ਬਣੇ ਕੀਤੀ ਆਪਣੇ ਸਾਦੇ ਨੀਤੀਆਂ ਵਾਲਾਂ ਨਾਲ ਹੋਈ ਜਿੱਥੇ ਉਹਨਾਂ ਨੇ ਆਪਣੀਆਂ ਜੁੱਤੀਆਂ ਲਵਾਈਆਂ ਉੱਥੇ ਆਪਣੇ ਪਰਿਵਾਰ ਨੂੰ ਵੀ ਸੈਟਲ ਕਰਨ ਦੀ ਸਿਰ ਤੋੜ ਕੋਸ਼ਿਸ਼ ਕੀਤੀ। ਉਦੋਂ ਟੈਲੀਫੋਨ ਕੋਈ ਮੋਬਾਈਲ ਨਹੀਂ ਸੀ ਚੱਲੇ
Roshan
ਪਰਮਾਤਮਿਕ ਇਨਸਾਨ ਸੀ ਕਪੈਸਿਟੀ ਉਹ ਨਾ ਰੋਕਣ ਵਾਲੀ ਉਹਦੀ ਸ਼ਕਤੀ ਸੀ ਟੂ ਪੈਰ ਥਰੂ ਅ ਪ੍ਰੋਬਲਮ ਤੇ ਕਿਸੇ ਪ੍ਰੋਬਲਮ ਨੂੰ ਧੁਨੀ ਕਰ ਕੇ ਰਾਤੀ ਨੂੰ ਹੱਲ ਕਰਨ ਵਾਸਤੇ ਤਿਆਰ ਰਹਿੰਦਾ ਸੀ ਜਿਸ ਤਰ੍ਹਾਂ ਇਹਨੇ ਕਹਿੰਦੇ ਸੀ ਕਿ ਉਹ ਬਾਰਡਰ ਦੇ ਸਾਹਮਣੇ ਹੋ ਕੇ ਜਾ ਕੇ ਗੱਲ ਕਰਦਾ ਸੀ ਬੜੀ ਖੁਸ਼ੀ ਸੀ ਮੇਰੇ ਆਉਣ ਦੀ ਬੜੀ ਉਦਾਸੀ ਮੈਦਾਨ ਲੱਗਿਆ ਅਚਾਨਕ ਮਨ ਸੀ ਕਰ ਘੱਟ ਹੋਤਾ ਤੁਸੀਂ ਕੋ ਰੋਕ ਕੇ ਨਸ਼ਾਣ ਲੱਗਿਆ ਕਿ ਮੇਰਾ ਬੇਟਾ ਪੂਰੀ ਵਾਰ ਤੋਂ ਬੈਠ ਗਿਆ ਕਿ ਅੰਦਰ ਇਹ ਮੁਰਗਾ ਜਾਂਦਾ ਸੀ ਮੈਂ ਕਹਿੰਦਾ ਵੀ ਉਹ ਸੀ ਤੇ ਮੈਨੂੰ ਇਹਨੇ ਰਾਤ ਕੇ ਬੜੀ ਪੁੱਛਿਆ ਅੰਦਰ ਵੀ ਕੋਈ ਹੋਰ ਕੇ ਆਣ ਕੇ ਮੇਲਾ ਵੀ ਕਰ ਲੈ ਕਰੋ ਮੈਂ ਕਿਹਾ ਕੁਛ ਨਹੀਂ ਸਾਡੇ ਨਾਲ ਹੋਰ ਅੱਗੇ ਵੀ ਗਈ ਉਹ ਯੂ ਆਰ ਵੈਰੀ ਇੰਟੈਲੀਜੈਂਟ ਪਰਸਨ ਤੁਹਾਨੂੰ ਪਤਾ ਹੀ ਨਹੀਂ ਕਿ ਸਾਨੂੰ ਸਾਡੀ ਉਹ ਗੱਲਾਂ ਕਿਤੇ ਨਹੀਂ ਕਿਤੇ 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 ਗਏ ਸੋ ਇੱਕੋ ਹੀ ਗੱਲ ਇਹ ਵਾਧਾ ਸੀ ਜਾਂਦਾ ਹੈ ਔਰ ਇਹੀ ਹੈ ਉਹ ਥੋੜੇ ਦੇ ਡਾਕਟਰੋਂ ਸਿਰ ਅੱਗੇ ਕਰਕੇ ਤੁਰੀ ਜਾਂਦੀ ਹੈ ਔਰ ਇਹ ਇਨਸਾਨ ਵੀ ਐਸਾ ਸੀਗਾ ਜਿਸ ਤਰ੍ਹਾਂ ਕਿ ਸਾਰੇ ਮੁਲਾਜ਼ਮ ਸਰਕਾਰ ਦਾ ਹੁਕਮ ਮੰਨ ਕੇ ਉਹਦੇ ਹਿਸਾਬ ਨਾਲ ਚਲੇ ਜਾਂਦੇ ਆ ਉਹ ਚਲੇ ਜਾਂਦੇ ਮੌਤ ਦੇ ਕੇ ਪਾਣੀ ਪੀ ਗਿਆ ਮਾਨਸ ਕੱਪੜਾ ਅੰਗੂਠਾ ਕੀਲੋ ਮੀਟ ਮਲੇਰੀਆ ਥੈਲਾ ਦੇ ਐਸੋ ਇਹ ਇਨਸਾਨ ਦੇ ਬਿਨਾਂ ਰਹਿ ਨਾ ਕੋਈ ਬਹੁਆ ਰਹੇ ਥੈਲਾ ਰਹੇ ਇਸ ਨਾਲ ਕਹਿੰਦੇ ਉਹ ਕਹਿੰਦੇ
ਸਮਾਨ ਲਈ ਸ਼ਹਿਰੀ ਕਲੀ ਜ਼ਮੀਨ ਨੂੰ ਪੁੱਛਿਆ ਕਿ ਉਹ 12 ਸਟੋਰ ਸਕੱਤਰ ਤੇ ਉਹ ਜਿਹੜੇ ਕਹਿੰਦੇ ਨੇ ਵੱਡੇ ਬੰਦੇ ਸੀ ਉਹ ਕਿੱਥੇ ਗਏ। ਉਹ ਕਹਿੰਦੇ ਗੋਰਨ ਸਿੰਘ ਦੀ ਜਾਣੀ ਕਿ ਗੋਰਨ ਨੇ ਕਹਿੰਦੇ ਉਹਨਾਂ ਦੇ ਚੰਗੇ ਬੰਦੇ ਕੰਮਾਂ ਦਾ ਜ਼ਿੰਮੇਵਾਰ ਮੈਂ ਹਾਂ, ਜਿਹਦੇ ਵਾਸਤੇ ਜਿਹੜੇ ਜਿਹੜਾ ਕੋਈ ਚੰਗੇ ਕੰਮ ਕਰਕੇ ਗਿਆ ਹੈ ਉਹਦੇ ਨਾਲ ਮੇਰੀ ਸ਼ਾਦੀ ਚੌੜੀ ਹੁੰਦੀ ਹੈ ਅਤੇ ਜਿਹੜਾ ਕੋਈ ਮੇਰੇ ਸਿਰ ਸਵਾਹ ਪਾ ਕੇ ਗਿਆ ਉਹਦੇ ਨਾਲ ਮੇਰੀ ਸ਼ਾਦੀ ਸੁੰਦਰ ਜਾਂਦੀ ਹੈ। ਉਹ ਬੰਦਾ ਇਹੋ ਜਿਹਾ ਸੀਗਾ, ਉਹਨੇ ਜਿੱਥੇ ਵੀ ਗਿਆ ਉੱਥੇ ਉਹਨੇ ਰਾਤੀ ਚੰਗਿਆਈ ਨਾਲੀ ਚੰਗਿਆਈ ਮਿਲੇਗੀ ਅਤੇ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਰਾਖਤ ਕੀਤਾ। ਐਸਾ ਬੈਂਕ ਲੋਨ ਕੋਲ ਹੋਈਏ ਤਾਂ ਹੱਸਣ ਲੋਕੀ, ਤੁਰ ਜਾਈਏ ਤਾਂ ਰੋਣ। ਇਹਨੇ ਫਿਰ ਆਪਣਾ ਕੰਟਰੈਕਟ ਕੀਤਾ ਜੀ, ਉਹ ਕਹਿੰਦੇ ਜੀਏਗੇ ਤਾਜੇ ਗੁਲਾਬ ਬਣ ਕਰ ਇਹ ਕਹਿ ਹੁੰਦਾ ਤਾਂ, ਮਰੇਗੇ ਮਜ਼ਬੂਰ ਦਾ ਬਾਗ ਬਣ ਕਰ ਇਹ ਕਹਿ ਹੁੰਦਾ ਤਾਂ। ਇਹ ਉਹਨੇ ਵਾਕਈ ਉਹਨਾਂ ਨਾਲ ਜੋ ਉਹਦਾ ਵਾਇਦਾ ਜੋ ਉਹਦਾ ਹੈ ਸੀ ਉਹਨੇ ਪੂਰਾ ਕਰਕੇ ਵਿਖਾ ਦਿੱਤਾ। ਇਹ ਜ਼ਿੰਦਗੀ ਦਾ ਉਹਦੇ ਨਾਲ ਤੈਅ ਸੀ। ਬਾਕੀ ਜ਼ਿੰਦਗੀ 'ਚ ਅਸੀਂ ਆਏ ਹਾਂ ਚਲੇ ਜਾਣਾ ਹੈ, ਜ਼ਿੰਦਗੀ ਲਗਾਤਾਰ ਚੱਲਦੀ ਰਹੀ ਹੈ। ਜਿਨ੍ਹਾਂ ਨੂੰ ਦਰਖਤ ਬਣਨ ਦਾ ਹੁਨਰ ਆਉਂਦਾ ਹੈ ਉਹ ਛਾਵਾਂ ਦੇ ਮੁਤਾਬਕ ਨਹੀਂ ਹੁੰਦੇ, ਇਹਨੂੰ ਉੱਗਣਾ ਆਉਂਦਾ ਸੀ, ਗਰੋ ਕਰਨਾ ਆਉਂਦਾ ਸੀ, ਪਰ ਹਰ ਬੰਦੇ ਨੂੰ ਦੇ ਵਿੱਚ ਉਹਦੇ ਵੱਧ ਜਾਣਾ ਸੀ ਜਦੋਂ ਹਾਊ ਗੈਟ ਦੇਅਰ ਵਰਤਣ ਇਹਦੇ ਵਾਸਤੇ ਸੀ। ਇਸ ਬੰਦੇ ਦੇ ਉਹ ਸੀ ਇੱਕ ਗੱਲ ਜਿਹੜੀ ਰਿਲਿੰਕੁਇਸ਼ ਜਰਨੀ ਜਿਹੜੀ ਸਾਡੀ ਸਪਿਰਚੁਅਲ ਜਰਨੀ ਹੈ ਇਹਦੀ ਚਾਰਜ ਰਿਲਿੰਕੁਇਸ਼ ਕਰ ਦਿੱਤਾ। ਰਿਲਿੰਕੁਇਸ਼ ਔਰ ਇਹਨੂੰ ਫੀਅਰ ਫੀਅਰ ਨੂੰ ਕੱਢ ਦਿੱਤਾ। ਸਪਿਰਚੁਅਲ ਜਰਨੀ ਹੈ ਕਹਿੰਦੇ ਰਿਲਿੰਕੁਇਸ਼ਮੈਂਟ ਆਫ ਫੀਅਰ ਐਂਡ ਐਕਸੈਪਟੈਂਸ ਆਫ। ਇਹਨੂੰ ਇਸ ਗੱਲ ਦਾ ਪਤਾ ਸੀ ਕਿ ਫੀਅਰ ਨੂੰ ਕਿਸ ਤਰ੍ਹਾਂ ਕਰਨਾ ਹੈ। ਡਰਕ ਜਰਨੈਲ ਸੀ, ਕਿਸੇ ਤੋਂ ਡਰਦਾ ਨਹੀਂ ਸੀਗਾ ਔਰ ਅੱਗੇ ਵਾਸਤੇ ਕੰਮ ਕਰਾਉਂਦਾ ਸੀ ਔਰ ਪਿਆਰ ਸਾਰਿਆਂ ਦੇ ਵਾਸਤੇ ਇਹਦੇ ਦਿੱਖ ਸੀ। ਜਿਹੜਾ ਪਿਆਰ ਹੈ ਇਹ ਵੀ ਇੱਕ ਸਾਜ ਵਜਾਉਣ ਵਾਲੀ ਕਲਾ ਹੈ, ਹਰ ਕੋਈ ਨਹੀਂ ਸਕਦਾ। ਕਹਿੰਦਾ ਲਵ ਇਜ਼ ਏ ਡੈਲੀਕੇਟ ਇੰਸਟਰੂਮੈਂਟ, ਇਫ ਯੂ ਪਲੇ ਇਟ ਰਫਲੀ ਇਟ ਗਿਵ ਯੂ ਏ ਫਰਾਈਟਨਿੰਗ ਮਿਊਜ਼ਿਕ ਐਂਡ ਇਫ ਯੂ ਪਲੇ ਪਲੈਜੈਂਟਲੀ ਇਟ ਗਿਵ ਯੂ ਏ ਡਿਲਾਈਟਨਿੰਗ ਮਿਊਜ਼ਿਕ। ਸੋ ਮੈਨੂੰ ਇਸ਼ਾਰਾ ਹੋ ਰਿਹਾ ਪਿੱਛੋਂ ਟਾਈਮ ਦਾ, ਮੈਂ ਤੇ ਇਹ ਗੱਲ ਜ਼ਰੂਰ ਕਰਾਂਗਾ, ਫੁੱਲਾਂ ਦੇ ਵਿੱਚ ਫੁੱਲ ਬਣ ਗਏ ਹੋ, ਫੁੱਲਾਂ ਵਿੱਚ ਖੁਸ਼ਬੂ ਬਣ ਗਏ ਹੋ, ਪੱਤਿਆਂ ਵਿੱਚ ਹਰਿਆਲੀ, ਵਿੱਦਿਆ ਦੇ ਵਿੱਚ ਅੱਖਰ ਬਣ ਗਏ ਹੋ ਅਤੇ ਫੁੱਲਾਂ ਰੰਗਾਂ ਦੇ ਵਿੱਚ ਲਾਲੀ ਬਣ ਕੇ ਸਾਡੇ ਜਿਸਮ ਦੇ ਅੰਦਰ ਦੇਵੇ ਸਾਨੂੰ ਦਿਲਾਸੇ। ਹਰ ਪਾਸੇ ਤੇਰੀ ਯਾਦ ਪਈ ਹੈ, ਜਾਈਏ ਕਿਹੜੇ ਪਾਸੇ। ਅਖੀਰ 'ਤੇ ਮੈਂ ਕਹਾਂਗਾ ਰੋਜ਼ ਜਦ ਆਸਣ ਦਾ ਤਾਰਾ ਅੰਬਰਾਂ 'ਤੇ ਚੜ੍ਹੇਗਾ ਕੋਈ ਯਾਦ ਤੈਨੂੰ ਕਰੇਗਾ। ਲੱਗ ਭਾਵੇਂ ਛੂਮ ਕੇ ਚੱਲਾਂ ਮੈਂ ਦਾਮਨ ਸਬਰ ਦਾ, ਯਾਦ ਤੇਰੀ ਦੇਹ ਕਰੀਗਾ ਨਾਲ ਚਾਲੀ ਅੜੇਗਾ, ਪਰ ਦੇਸ ਵਸਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ, ਕੋਈ ਯਾਦ ਤੈਨੂੰ ਕਰੇਗਾ। ਅੰਤ ਵਿੱਚ ਮੈਨੂੰ ਇੱਕ ਗੱਲ ਯਾਦ ਹੈ, ਲਾਲੀ ਚੰਦ ਵਿੱਚ, ਤਾਰੇ ਵਿੱਚ, ਚੌਂਕੜੀ ਚੁਬਾਰੇ ਵਿੱਚ, ਨੂਰ ਵਿੱਚ ਨਾਰ ਵਿੱਚ, ਫੁੱਲ ਵਿੱਚ ਖਾਰ ਵਿੱਚ, ਤੰਦ ਵਿੱਚ ਤਾਣੀ ਵਿੱਚ, ਅੱਗ ਵਿੱਚ ਪਾਣੀ ਵਿੱਚ, ਮੈਂ ਕਿੱਥੇ ਤੈਨੂੰ ਲੱਭਿਆ, ਮੈਂ ਕਿੱਥੇ ਤੈਨੂੰ ਲੱਭਿਆ, ਮੈਂ ਉੱਥੇ ਤੈਨੂੰ ਲੱਭਿਆ, ਮੈਂ ਉੱਥੇ ਤੈਨੂੰ ਲੱਭਿਆ, ਲਾਲੀ ਤੂੰ ਕਿੱਥੇ ਹੈ, ਲਾਲੀ ਤੂੰ ਕਿੱਥੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮਾਗਮ ਨੂੰ ਲੰਬਾ ਨਹੀਂ ਕਰਨਾ ਚਾਹੁੰਦੇ, 2 ਮਿੰਟ ਵਾਸਤੇ ਰੈਵਨਿਊ ਐਸੋਸੀਏਸ਼ਨ ਦੇ ਸੁਖਰਾਜ ਸਿੰਘ ਸੰਧੂ ਕਸੀਦਾ ਸਾਹਿਬ, ਰੈਵਨਿਊ ਐਸੋਸੀਏਸ਼ਨ ਦੇ ਸੁਖਰਾਜ ਸਿੰਘ ਸੰਧੂ ਨਾਇਬ ਤਹਿਸੀਲਦਾਰ ਸਾਹਿਬ, ਗੁਰਪ੍ਰਿਆਮ ਸਿੰਘ ਤਹਿਸੀਲਦਾਰ ਸਾਹਿਬ ਆਏ ਆ ਸਾਡੇ ਕੋਲ, ਐਸਡੀਐਮ ਸੀਮਾ ਸਿੰਘ, ਸੀਮਾ ਸਿੰਘ ਮੈਡਮ ਆਏ ਆ, ਉਹਨਾਂ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ। ਸੋ ਮੈਂ ਹੁਣ ਬੇਨਤੀ ਕਰਦਾ ਸੁਖਰਾਜ ਸਿੰਘ ਸੰਧੂ ਜੀ ਨੂੰ 2 ਮਿੰਟ ਵਾਸਤੇ ਆਪਣੇ ਸ਼ਬਦਾਂ ਨੂੰ ਬੋਲ ਪੇਸ਼ ਕਰ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬੋਧਨ ਵਿੱਚ ਜੀ ਮੇਰੇ ਵੀ ਪਰਿਵਾਰ ਜੀ ਅੰਤਮ ਅਰਦਾਸ ਦੇ ਇਸ ਸਮਾਗਮ ਵਿੱਚ ਸੰਗਤ ਨੂੰ ਗੁਰਸਿੱਖ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मेरे तो पहला बुला रहे हैं श्री जी से धनबाद नैब सिंह साहब ने जो कुछ किया मैं भी कह रहा हूँ कि बिल्कुल दोस्तों इसको भी बात कह बहुत खुश है। असी जो संसार में आने छोटा पुत्र के रूप छोटी धीरे रूप माँ बाप को भैन भरावान दोस्तों बचपन के प्यार जो ही बड़ा होता है बैठे हैं पढ़ाई के नाल शिक्षा दी जाती है माँ बाप का आसरा बनने बच्चे पढ़ाई करते हैं माँ बाप में आस होती है कि मेरा पुत्र ये मेरी धी बड़ा हो गया मेरा सहारा बनेगा। पहले तो नहीं थी पर हूँ कुछ जमाने के नाल चलन करके हूँ असं बढ़ के मना शुरू करता आप सब जानते हैं गुरबाणी का एक कथन है कि जो कुछ जो सो मिल सकता जो चीज चाहे वो कुदरत वालों रुख है पशु पक्षी है मन है जिसने संसार में आना है उसने जाना है ज्ञानी संत जी उसकी गल कह दे रहे कि मां अपने पुत्र को बड़ा होके बड़ा होद वेख के खुशी महसूस करती है ये भगत कबीर जी कंपाइटर शब्द है वो बारे च पर कोई नहीं जानते कि ये जरा तेरा पुत्र बड़ा हो रहा वा कि मौत ही कड़े आ गई फिर भी इंद्रजीत सिंह धनोआ ने फौज सेवा की सारी इस वक्त पार्टी सेवा आरंभ की बहुत ही काबल अवसर के नाल जिन्हें गुण गड़े आ गुण थोड़े आ जो परिवार में एक पुत्र पति और भरा जगह जिसना किसी बनता से वो सी दफ्तर के लिए वो सारे साथियों छोटे कर्मचारी से बड़ा कर्मचारी से उस कर्मचारी को अपना बनाने की कोशिश करता है जानकारी कर्मचारियों कानून के शिक्षकों डीसी ऑफिस
ਪੰਜਾਬ ਯੂਨੀਵਰਸਿਟੀ ਜਿਹਨੂੰ ਵੀ ਬਹੁਤ ਵੱਡਾ ਕਰਦਾ ਲੇਕਿਨ ਤੁਹਾਡਾ ਪੁਰਾਣ ਸਰਕਾਰ ਜਿਹਨੂੰ ਇਹ ਤਕਲੀਫ ਆ ਰਹੀ ਹੈ ਕਿ ਉਹ ਸਾਡੇ ਮੈਡਮ ਚੱਲਦੇ ਫਿਰ ਰਹੀ ਇੱਕ ਰੇਟਰੀ ਸਾਨੂੰ ਮਾਲ ਉਧਾਰ ਰਹੀ ਹੈ ਕੋਈ ਫਾਇਦਾ ਸੈਂਡ ਨਹੀਂ ਬੜੀ ਨੋਜ ਆਪਣੀ ਸੀਮਾ ਸੋ ਇਹ ਜਿਹੜਾ ਘਾਟਾ ਵਾ ਇਹ ਹੁਣ ਪਰਮਾਤਮਾ ਨੇ ਸਾਡੇ ਦੀ ਕਿਰਪਾ ਕਰਨੀ ਆ ਸਾਨੂੰ ਇਹ ਸਹਿਣ ਲਈ ਸਮਰਥਾ ਉਸੇ ਕੋਸ਼ਿਸ਼ ਕਰਨੀ ਆ ਆਪਾਂ ਜਿਵੇਂ ਸਮੂਹ ਅਰਦਾਸ ਕਰਦੇ ਹਾਂ ਇਹਦਾ ਪਰਪੇ ਜਿਹੜੇ ਹੁੰਦਾ ਨਾ ਕਿ ਪਰਮਾਤਮਾ ਜੀ ਖੁਸ਼ੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਕਦਾ ਸਾਂਹ ਦੇਵੇ ਔਰ ਜੋ ਪਿੱਛੇ ਭੈਣ ਭਰਾ ਪਰਿਵਾਰ ਦੋਸਤ ਬੇਲੀ ਆ ਸਨੇਹੀ ਹਨ ਉਹਨਾਂ ਨੂੰ ਇਹ ਜਿਹੜਾ ਸਦਮਾ ਹੈ ਜਿਹੜਾ ਮਸ਼ਵਰਾ ਉਹ ਸਹਿਣ ਲਈ ਫਲ ਬਖਸ਼ੇ ਅਰਦਾਸ ਆਪਾਂ ਕਰਦੀ ਹੈ ਮੈਂ ਆਪ ਯੂਨੀਵਰਸਿਟੀ ਦੀ ਤਰਫੋਂ ਇਹ ਵੀ ਅਰਦਾਸ ਕਰਾਂਗਾ ਪਰਮਾਤਮਾ ਮੇਰੇ ਵੀਰ ਮੇਰੀ ਪਰਿਵਾਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਨੂੰ ਸਾਰਾ ਟੁੱਟ ਕੇ ਪਾਣਾ ਬੰਦਾ ਫਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਸਿੰਘ ਔਜਲਾ ਅਤੇ ਭਾਈ ਸਾਹਿਬ ਸਾਡੇ ਸੁੱਖ ਔਜਲਾ ਇਸ ਪਰਿਵਾਰ ਨਾਲ ਕਮਾਏ ਵਾਸਤੇ ਅਸੀਂ ਸਵਾਲ ਕਰਦੇ ਹਾਂ ਇਸੇ ਤਰ੍ਹਾਂ ਹੀ IML ਮੈਡੀਕਲ ਐਸੋਸੀਏਸ਼ਨ ਵੱਲੋਂ SMO ਸਾਹਿਬ ਮੈਡੀਕਲ ਅਫਸਰ ਬਹੁਤ ਸਾਰੇ ਉਹ ਸਾਡੇ ਦੁੱਖ ਸ਼ਰੀਕ ਹੁੰਦੇ ਹੋਏ ਸਾਡੇ ਅਭਿਨੇਤਰ ਨਾਲ ਵੀ ਸ਼ਾਮਿਲ ਹੋਏ ਆ ਜ਼ਿਆਦਾ ਸਮਾਂ ਤੁਹਾਨੂੰ ਕਹਾ ਮੈਂ ਦੋ ਮਿੰਟ ਵਾਸਤੇ ਮੇਰੀ ਬੇਨਤੀ ਹੈ ਆਰਐਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੋ ਮਿੰਟ ਵਾਸਤੇ ਅਜਿੰਦਰ ਸਿੰਘ ਵਾਲੀ ਤੁਹਾਡੇ ਸਾਹਮਣੇ ਆ ਦੋ ਮਿੰਟ ਵਾਸਤੇ ਅਜਿੰਦਰ ਸਿੰਘ ਜਗੋ ਜੋ ਕਿ ਅਟਲ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਮੇਰੇ ਵੱਡੇ ਵੀਰ ਸਰਦਾਰ ਰਜਿੰਦਰ ਸਿੰਘ ਜੀ ਕੁਹਾਲੀ ਪ੍ਰਧਾਨ ਅਫਸਰ ਸਾਹਿਬਾਨ ਭੈਣ ਅਤੇ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਦਲੀਆ ਵੇ ਕਰੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜ ਨੂੰ ਅਜੰਤੇ ਬਾਜ ਪਏ ਬਾਜ ਪਏ ਕਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਦੀਆਂ ਵਾਲੀ ਆਪੋ ਆਪਣੀ ਚੱਲੇ ਮਸਾਇਕ ਸੇਖ ਅੱਜ ਅਫਸਰ ਸਾਹਿਬਾਨ ਪਿੰਡ ਵਾਸੀ ਭੈਣ ਅਤੇ ਭਰਾਓ ਨਾਇਬ ਤਹਿਸੀਲਦਾਰ ਸਰਦਾਰ ਇੰਦਰਜੀਤ ਸਿੰਘ ਜੀ ਧਨਵਾਦ ਦੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਜੋ ਵੀ ਪ੍ਰਾਣੀ ਇਸ ਸੰਸਾਰ ਤੇ ਆਉਂਦਾ ਏ ਉਹ ਇੱਕ ਨਾ ਇੱਕ ਦਿਨ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਦੇ ਚਰਨਾਂ ਵਿੱਚ ਜਾ ਪਰਾਜਦਾ ਏ ਸਾਰੇ ਹੀ ਪੜ੍ਹੇ ਲਿਖੇ ਸੂਝਵਾਨ ਭੈਣ ਸਾਡੇ ਭਰਾ ਬੈਠੇ ਨੇ ਵੀਰੋ ਅਫਲਾਤੂਨ ਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਇਹਨੂੰ ਲੈ ਕੇ ਆਉਂਦੇ ਵੀ ਉਹ ਨਹੀਂ ਪਿਆ
ਵੀ ਪਰਮੇਸ਼ਰ ਦਾ ਨਿਰਮਿਆ। ਫਿਰ ਪਰਮੇਸ਼ਰ ਨੇ ਗੱਲ ਕਹੀ ਕਿ ਜਦੋਂ ਤੁਸੀਂ ਮੂਰਤ ਦੇ ਕੋਲ ਜਾਓਗੇ, ਇੱਕ ਮੂਰਤ ਤੋਂ ਸ਼ੁਰੂ ਹੋਗੇ। ਇਹ ਗੱਲ ਕਹੀ ਆ ਕਿ ਇੱਕ ਗਲਤੀ ਹੈਗੀ ਆ, ਵਾਹ ਵੀ ਵਾਹ ਬਹੁਤ ਵਧੀਆ ਮੂਰਤ ਬਣਾਈ ਆ, ਪਰ ਇੱਕ ਗਲਤੀ ਹੈਗੀ ਆ, ਜਦੋਂ ਅਸੀਂ ਹਲਾਤੂਨ ਦੇ ਕੋਲ ਜਾਓਗੇ ਉਹ ਤੁਹਾਨੂੰ ਬਾਹਰ ਨਿਕਲ ਕੇ ਪੁੱਛੇਗਾ ਕਿਹੜੀ ਕਿ ਬਹੁਤ ਫਰਜੇ ਜਾ ਰਹੇ। ਸੱਜਣੋਂ ਤੁਰੇ ਗਏ, ਇਹ ਸਵਾਲ ਕਰਦੇ ਗਏ, ਜਦੋਂ ਆਪਣਾ ਤੂੰ ਦੇ ਕੋਲ ਗਏ, ਇਹੋ ਹੀ ਗੱਲ ਕਹੀ ਕਿ ਰਾਹ ਬਾਹਰ ਲਈ ਮੂਰਤੀ ਬਣਾਉਣ ਵਾਲਿਆ, ਪਰ ਇੱਕ ਗਲਤੀ ਹੈਗੀ ਆ, ਬਾਹਰ ਮਿਲ ਕੇ ਪੁੱਛਿਆ ਵੀ ਕਿਹੜੀ, ਤੇ ਬਹੁਤ ਫਰਜਾ ਕਿ ਇਹੋ ਹੈਗੀ ਆ। ਸੱਜਣੋਂ ਸਾਰਿਆਂ ਨੇ ਇਸ ਜਹਾਨ ਨੂੰ ਛੱਡ ਕੇ ਚੜੇ ਜਾਣਾ ਹੈ। ਪਰਸੋਂ ਸਾਨੂੰ ਗੁਰੂ ਨਾਨਕ ਦੇਵ ਹੋਸਪਿਟਲ ਰਣੀ ਕੇ ਮੋੜ ਅਟਾਰੀ ਤੋਂ ਸਾਡੀ ਭੈਣ ਜੀ ਡਾਕਟਰ ਕਮਲਦੀਪ ਜੀ ਨੇ ਸਾਨੂੰ ਮੇਲ ਕੀਤੀ, ਆਪਣੇ ਭਰਾ ਬਾਰੇ ਦੱਸਿਆ, ਬਹੁਤ ਦੁੱਖ ਹੋਇਆ। ਜਦੋਂ ਵੀ ਸਾਨੂੰ ਮਿਲਦੇ ਨੇ ਤੇ ਆਪਣੇ ਭਰਾ ਬਾਰੇ ਗੱਲਾਂ ਕਰਦੇ ਨੇ ਕਿ ਮੇਰਾ ਵੀਰ ਅੱਜ ਕਿਵੇਂ ਲੈਣ ਲੱਗਾ ਸੀ, ਮੇਰਾ ਵੀਰ ਫੇਮ ਕਰਨ ਲੱਗਾ ਸੀ, ਬਹੁਤ ਹੀ ਗੱਲਾਂ ਕਰਿਆ ਕਰਨ। ਪਰ ਵੀਰੋ ਅੱਜ ਅਫਸੋਸ ਦੀ ਗੱਲ ਆ ਕਿ ਸਾਡੇ ਵਿੱਚ ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਨਹੀਂ ਰਹੇ। ਬੈਠਿਆਂ ਵਿਚਾਰ ਕਰਦੇ ਸੀ ਇੰਨਾ ਵੱਡਾ ਇਕੱਠ ਕਿੰਨਾ ਕੁ ਪਿਆਰ ਹੋਏਗਾ, ਇਹੋ ਜਿਹੇ ਸੂਝਵਾਨ ਪੜ੍ਹੇ ਲਿਖੇ ਗਰੀਬਾਂ ਦੇ ਮਸੀਹਾ ਕਦੇ ਨਹੀਂ ਮਿਲ ਸਕਦੇ। ਮੈਂ ਆਪਣੇ ਵੱਲੋਂ, ਆਪਣੀ ਐਸੋਸੀਏਸ਼ਨ ਵੱਲੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਨਾਇਬ ਤਹਿਸੀਲਦਾਰ ਸਰਦਾਰ ਇੰਦਰਜੀਤ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਤੇ ਪਿਛੋਂ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚ ਚੇਅਰਮੈਨ ਦੇ ਪੰਜਾਬ ਦੇ ਕਮੈਂਡਰ ਇਕੱਠੇ ਆ ਆਏ ਆ ਸਾਡੇ ਕੋਲ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਰਬੰਸ ਸਿੰਘ ਲਾਗੂ ਕਮਾਂਡ ਪੱਤਰ ਗੇਟ ਦੇ ਜਗਬਾਣੀ ਦੇ, ਹਰਵਿੰਦਰ ਸਿੰਘ ਭਾਟੀਆ ਜਗਬਾਣੀ ਦੇ ਯੂਨਿਟ ਤੋਂ ਪੱਤਰ ਗੇਟ ਆਏ ਨੇ। ਸਾਡੇ ਵਿੱਚ ਰਘਵੀਰ ਸਿੰਘ ਭੰਗਾਲਾ ਵਾਟਰ ਏਰੀਆ ਸੰਘਰਸ਼ ਕਮੇਟੀ ਦੇ ਆਏ ਨੇ। ਸਮਾਂ ਬਹੁਤ ਹੋ ਗਿਆ, ਅਸੀਂ ਉਹਨਾਂ ਨੂੰ ਮਾਫੀ ਚਾਹੁੰਦੇ ਹਾਂ, ਸਮਾਂ ਨਹੀਂ ਦੇ ਸਕਾਂਗੇ। ਉਹਨਾਂ ਦੀ ਬੇਨਤੀ ਹੈ ਕਾਮਰੇਡ ਰਤਨ ਸਿੰਘ ਰੰਧਾਵਾ ਸੱਚੇ ਪਰਿਵਾਰ ਵੱਲੋਂ ਤੁਹਾਡਾ ਧੰਨਵਾਦ ਕਰਨਗੇ ਅਤੇ ਆਪਣੀ ਬੇਨਤੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਕਾਮਰੇਡ ਰਤਨ ਸਿੰਘ ਰੰਧਾਵਾ ਮਹਾਰਾਜ ਦੀ ਜੁਗਰੀ ਚੀ ਸਾਡੀ ਸਾਹ ਸਿੰਘ ਜੀ ਫਤਿਹ ਅੱਜ ਕਰਦਾ ਹੈ ਗੱਡੀ ਕਰ ਖਾਲਸਾ ਸਿੰਘ। ਅੱਜ ਆਪਾਂ ਸਾਰੇ ਕੁਆਲੀ ਦੇ ਪਰਿਵਾਰ ਦਾ ਦੁੱਖ ਹੋਲਾ ਕਰਨ ਆਏ ਹਾਂ। ਕੁਆਲੀ ਨੇ ਬਹੁਤਾ ਸਮਾਂ ਨਹੀਂ ਕੀਤਾ, ਸਵਾ ਸਾਲ ਪਹਿਲਾਂ ਵੀ ਆਪਣੇ ਗੁਜ਼ਰੇ। ਸਰਦਾਰ ਰਤਨ ਸਿੰਘ ਧਨਵਾ ਇਹਨਾਂ 53 ਸਨ ਚੈਨੇ ਕੀਤੀ ਵਿਦੇਸ਼ਾਂ ਚੋਂ, ਇਹ ਪੈਨ ਪਾਸ ਕਰਕੇ ਉਹ ਵੀਡੀਓ ਭਰਤੀ ਹੋਏ ਅਤੇ ਏਡੀਸੀ ਦੇ ਰੈਂਕ ਤੱਕ ਜਾ ਕੇ ਉਹ ਰਹਿ ਰਹੇ। ਉਹਨਾਂ ਦੇ ਬੇਟੇ ਇੰਦਰਜੀਤ ਨੇ ਵੀ ਉਹਨਾਂ ਵਰਗੀਆਂ ਯਾਦਾਂ ਗ੍ਰਹਿਣ ਕਰਨ ਦਾ ਯਤਨ ਕੀਤਾ। ਫਿਰ ਉਹਨਾਂ ਨਾਲ ਬਾਅਦ ਕਦੇ ਕਦੇ ਕੰਮਾਂ ਦੀ ਦਿਆਲਾ ਵੀ ਆ ਜਾਂਦਾ, ਸਾਡੇ ਸਾਥੀਆਂ ਕਰਦੇ ਹੋ, ਲੇਕਿਨ ਮਾਲ ਦੇ ਬੰਦੇ ਬੋਲ ਕੇ ਗਏ ਇੱਥੇ, ਸਰਕਾਰ ਨੇ ਬੋਲਿਆ, ਪ੍ਰਣਾਲੀਆਂ ਦੀ ਯੂਨੀਅਨ ਦੇ ਭਗਵਾਨ ਸੋਹਣੀ ਬੋਲਿਆ, ਉਹ ਉਹਨਾਂ ਦੇ ਲਾਗੇ ਲਾਲ ਵੀ ਜ਼ਿਆਦਾ ਰਹੇ ਹੁੰਦੇ। ਇਹ ਪਰਿਵਾਰ ਵੀਰ ਗੁਰਬੇ ਦੀ ਬਾਂਹ ਫੜਨ ਵਾਲਾ ਪਰਿਵਾਰ ਹੈ। ਜਿੱਦਾਂ ਸਵਾਲਾਂ ਨਾਲ ਦੱਸਿਆ ਵੀ ਆਪ ਪਿਛਲੀ ਦਿਨੀ ਅੱਤ ਦੀ ਗਰਮੀ 'ਚ ਸਾਡੀ ਸਤਿਕਾਰਯੋਗ ਭੈਣ ਨੇ ਆਪਣੇ ਡਾਕਟਰਾਂ ਦੀ ਟੀਮ ਲੈ ਕੇ ਕੈਂਪ ਲਾਇਆ, ਐਨਕਾਂ ਮੁਫ਼ਤ ਰੰਡੀਆਂ ਅਨੇਕਾਂ ਪਿੰਡਾਂ ਦੇ ਵਿੱਚ ਦੌੜ ਕੇ ਰਾਜਸਥਾਨ ਨੇਸ਼ਟਾ ਮਹਾਵਾ ਪੱਚੀ ਪਿੰਡ ਮੂੜਾ ਕੋਟ ਨਗਰ ਕਈਆਂ ਪਿੰਡਾਂ 'ਚ ਅੱਤ ਦਾ ਚਮਾਸੇ ਆ, ਅੱਤ ਦੀ ਗਰਮੀ ਆ, ਉੱਥੇ ਜਾ ਕੇ ਲੋਕਾਂ ਨੂੰ ਮੁਫ਼ਤ ਐਨਕਾਂ ਰੰਡੀਆਂ ਔਰ ਗਾਂ ਉਹਨਾਂ ਦੀਆਂ ਕਈ ਤਰ੍ਹਾਂ ਦਾ ਬਾਅਦ 'ਚ ਇਹਨਾਂ ਨੇ ਦੱਸਿਆ ਝਬਾੜ ਬਣਾਏ ਸੀ। ਜਦੋਂ ਅਸੀਂ ਪਿੰਡਾਂ ਗਏ ਹਾਂ ਬਹੁਤ ਸਾਰੇ ਲੋਕਾਂ ਨੂੰ ਹੈਪੇਟਾਈਟਸ ਹੋ ਚੁੱਕਾ,
ਇਹਦਾ ਬੀਪੀ ਵਧੀ ਜਾਂਦਾ, ਇਹਨੂੰ ਸ਼ੂਗਰ ਬਹੁਤ ਜ਼ਿਆਦਾ। ਇਹ ਬਾਦਲ ਦਾ ਇਲਾਕਾ ਜਿੱਥੇ ਲੋਕ ਔਖੇ ਰਹੇ ਬੜੇ, ਜਿੱਥੇ ਲੋਕਾਂ ਜੰਗਾਂ ਦੇਖੀਆਂ, ਅਜਾੜੇ ਦੇਖੇ, ਇਹਨਾਂ ਇਲਾਕਿਆਂ ਦਾ ਪਾਣੀ ਵੀ ਬਹੁਤ ਖਰਾਬ ਆ। ਪਾਣੀ ਪੀਣ ਯੋਗੀ ਦਾ ਪਾਣੀ ਦਾ ਪ੍ਰਬੰਧ ਸਰਕਾਰਾਂ ਕਰਨਾ ਹੁੰਦਾ, ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ। ਸਰਕਾਰਾਂ ਆਈ ਜਾਂਦੀਆਂ ਤੁਰੀਆਂ ਜਾਂਦੀਆਂ, ਪਰ ਜਿਹੜੇ ਬੁਨਿਆਦੀ ਸਵਾਲ ਇੰਦਰਜੀਤ ਦਾ ਬਾਗ ਉਠਾਉਂਦਾ ਸੀ, ਉਹ ਸਵਾਲ ਜਿਉਂ ਦੇ ਤਿਉਂ ਹੀ ਰਹਿ ਜਾਂਦੇ ਆ। ਸ਼ਾਇਦ ਬਹੁਤਿਆਂ ਨੂੰ ਪਤਾ ਵੀ ਉਹ ਬਹੁਤ ਸਰਵਵਿਆਪੀ ਗਿਆਨ ਦੇ ਮਾਲਕ ਸੀ। ਗੁਰੂ ਗ੍ਰੰਥ ਸਾਹਿਬ ਦੀ ਲਗਭਗ ਸਾਰੀ ਬਾਣੀ ਦਾ ਉਥਾ ਜੇ ਕਰਨਾ ਚਾਹੁੰਦੇ ਤੇ ਉਤਮ ਸਿੰਘ ਨਹੀਂ ਕਰ ਸਕਦੇ ਸੀ। ਇਹਨੇ ਅਸੀਂ ਉਹਨਾਂ ਦਾ ਗਿਆਨ ਵੇਖਿਆ, ਉਹਨਾਂ ਦਾ ਤਰਤਨ ਵੇਖਿਆ, ਉਹਨਾਂ ਦੀ ਇਮਾਨਦਾਰੀ ਵੇਖੀ ਆ। ਹਰ ਕੰਮ ਦੇ ਅੰਦਰ ਉਹ ਆਪਣੇ ਆਪ 'ਚ ਮੁਕੰਮਲ ਇਨਸਾਨੀ ਵੱਡੇ ਬੰਦੇ, ਮਨੁੱਖਤਾਵਾਦੀ ਵੱਡੇ ਬੰਦੇ ਸੀ ਉਹ। ਇਸ ਕਰਕੇ ਸਾਡੇ ਕੋਲ ਪਹਿਲਾਂ ਉਹ ਗਿਆ, ਇੰਦਰਜੀਤ ਅਚਨਚੇਤ ਰਹਿ ਗਿਆ। ਇੰਦਰਜੀਤ ਅਜੇ ਨਹੀਂ ਜਾਣਾ ਚਾਹੀਦਾ ਜੇ ਉਹਦੀ 30-35 ਸਾਲ ਹੋਰ ਉਮਰ ਸੀ। ਉਹ ਬੜਾ ਜਵਾਨ ਸੀ, ਬੜੀ ਸੋਹਣੀ ਸਿਹਤ ਸੀ, ਇਹ ਲੱਗਦਾ ਨਹੀਂ ਪਤਾ, ਕਿਉਂਕਿ ਦੁਨੀਆਂ ਦਾ ਇੱਕੋ ਮੁਲਕ ਹੀ ਆ ਕਿਊਬਾ, ਦੇਸ਼ ਬੜਾ ਨਿੱਕਾ ਪਰ ਸ਼ਾਨ ਹੀ ਮੈਂ ਵਧਾ। ਉੱਥੋਂ ਦੇ ਹਰ ਬਛਿੰਦੇ ਦਾ ਸਰਕਾਰ ਟੈਸਟ ਕਰਦੀ ਆ ਵੀ ਦਿਲ ਕਿਹੜਾ ਖਰਾਬ ਹੋ ਰਿਹਾ, ਗੁਰਦੇ ਕਿਹਦੇ ਮਰ ਲੱਗੇ ਆ, ਕੋਈ ਹੈਪੇਟਾਈਟਸ। ਉਹਨਾਂ ਦੀ ਉਮਰ ਲਗਭਗ 80-85 ਐਵਰੇਜ ਉਹ ਦੇਸ਼ ਮਰਦਾ ਗਿਆ। ਬੜਾ ਛੋਟਾ ਜਿਹਾ ਦੇਸ਼, ਉੱਥੇ ਚਿਕੰਦਰ ਦੀ ਖੇਤੀ ਆ, ਗੰਨਾ ਪੈਦਾ ਹੁੰਦਾ, ਪਰ ਸਾਡੇ ਇਹ ਪ੍ਰਬੰਧ ਨਹੀਂ ਆ। ਸ਼ਾਇਦ ਤੁਹਾਨੂੰ ਪਤਾ ਰਾਤੀ ਦਿੱਲੀ ਦੀ ਖਬਰ ਆਈ ਆ ਵੀ ਉਹਦੇ ਗਟਰ ਦੇ ਵਿੱਚ ਗਾਲ ਗੰਦ ਕੱਢਣ ਗਿਆ ਬੰਦਾ, 881 ਬੰਦੇ ਕੁਝ ਵਰਿਆਂ 'ਚ ਹੀ ਮਰ ਗਏ। ਗਟਰ 'ਚ ਜਾਂਦੇ ਆ, ਗੈਸ ਹੁੰਦੀ ਆ, ਬੰਦਾ ਥੱਲੇ ਨਾਲ ਥੱਲੇ ਹੀ ਰਹਿ ਦਿੰਦਾ। ਸਾਡੇ ਹਾਲਤ ਮਾੜੀ ਆ। ਕੋਈ ਪੜ੍ਹਿਆ ਹੋਊਗਾ ਕੱਲ੍ਹ ਦੀ ਹਸਪਤਾਲ ਦੀ ਖਬਰ, 30 ਬੱਚੇ, ਆਪਾਂ ਜਿੰਨੇ ਲੋਕ ਬੈਠੇ ਆਪਾਂ ਨੂੰ ਕੰਡਾ ਵੱਜੇ, ਨਿਰਾਸੀ ਵਾਜੇ, ਲੋਕ ਘੱਟ ਮਹਿਸੂਸ ਕਰਦੇ, ਪਰ ਬੱਚੇ ਨੂੰ ਨਿੱਘੀ ਜੀ ਚੂੰਡੀ ਵੀ ਨਹੀਂ ਚੱਲਦੇ। ਇੰਨਾ ਬੱਚਾ ਪਿਆਰਾ ਆਪਾਂ ਨੂੰ ਲੱਗਦਾ, ਕਿੰਨਾ ਮੋਹ ਹੁੰਦਾ ਬੱਚੇ ਦਾ, 30 ਬੱਚੇ ਕੱਲ੍ਹ ਮਰ ਗਏ ਉੱਥੇ ਯੂਪੀ ਦੇ ਵਿੱਚ, ਕਿਉਂਕਿ ਸਾਡੇ ਕੰਮ ਖਤਮ ਇਲਾ ਹੋ ਗਿਆ। ਪਾਣੀ ਦਾ ਨਹੀਂ ਪ੍ਰਬੰਧ, ਸਿਹਤ ਸਮਾਨ ਦਾ ਨਹੀਂ ਪ੍ਰਬੰਧ, ਕਿਸਾਨਾਂ ਦੇ ਭਾਵਾਂ ਦਾ ਨਹੀਂ ਪ੍ਰਬੰਧ, ਕਿਸਾਨਾਂ ਦੇ ਕਰਜ਼ਿਆਂ ਦਾ ਨਹੀਂ ਪ੍ਰਬੰਧ। ਬਸ ਰਾਜ ਕਰਨ ਵਾਲੀਆਂ ਧਿਰਾਂ ਕੀਆਂ ਉੱਤੀਆਂ ਲੋਕੀ ਵੋਟਾਂ ਪਾ ਦਿੰਦੇ, ਭਲੇ ਬੰਦੇ ਆ, ਲੋਕਾਂ ਦਾ ਕੋਈ ਸੂਰ ਨਹੀਂ। ਲੋਕਾਂ ਨੂੰ ਜਦੋਂ ਕੋਈ ਚੰਗੀ ਧਿਰ ਨਹੀਂ ਨਜ਼ਰ ਆਉਂਦੀ, ਉਹ ਫਿਰ ਉਸੇ ਧਿਰ ਨੂੰ ਜਾ ਕੇ ਵੋਟਾਂ ਪਾ ਦਿੰਦੇ ਆ। ਪਰ ਜਿੱਤਣ ਤੋਂ ਬਾਅਦ ਨਾ ਸ਼ਾਇਦ ਪਤਾ, ਮਹਾਰਾਸ਼ਟਰ 7 ਕਿਸਾਨ ਮਾਰੇ ਗਏ ਆ, ਮੱਧ ਪ੍ਰਦੇਸ਼ ਕਿਸਾਨਾਂ ਨੂੰ ਸ਼ਹਾਦਤਾਂ ਜਾਣ ਪੀਣਾ ਪਿਆ। ਉਹਨਾਂ 2 ਸਵਾਲ ਰੱਖੇ ਮੋਦੀ ਦੇ ਸਾਹਮਣੇ। ਅੱਜ ਕੋਈ ਸੰਵੇਦਨਸ਼ੀਲ ਸੰਗਠਨਾਂ ਦੇ ਬੰਦੇ, ਵੱਖ ਵੱਖ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ, ਉਹਦੇ ਬੰਦੇ ਰਿਸ਼ਤੇਦਾਰ ਇਕੱਠੇ ਹੋਏ ਸੀ। ਉਹਨੇ ਕਿਹਾ ਜੀ ਅਸੀਂ ਇੱਕੋ ਹੀ ਜਵਾਬ ਚਾਹੁੰਦੇ ਹਾਂ, 3 ਪ੍ਰਾਂਤਾਂ ਨੇ, ਕਿ ਵੋਟਾਂ ਸਾਡੇ ਕੋਲ ਲੈਣੀਆਂ ਜਾਂਦੀਆਂ ਭਾਵਾਂ ਦੇ ਮੁੱਦੇ ਦੇ ਅਤੇ ਕਰਜ਼ੇ ਦੇ, ਅਤੇ ਕਰਜ਼ਾ ਮਾਫ ਕਰਤਾ ਜਾਂਦਾ ਅਡਾਨੀ ਦਾ। ਜਦੋਂ ਸਾਡੇ ਕੋਲ ਗੰਢਾ ਆਉਂਦਾ, ਗੰਢਾ ਸਾਡਾ 2 ਰੁਪਏ ਕਿਲੋ, ਜਦੋਂ ਘਰੋਂ ਚਲੇ ਜਾਂਦਾ ਗੰਢਾ 30 ਰੁਪਏ ਕਿਲੋ, ਸਾਡਾ ਕਮਾਂਡਰ ਛੱਡਦੇ ਸਾਨੂੰ ਸੁੱਟਣਾ ਪੈਂਦਾ, ਤੇ ਜਦੋਂ ਟਮਾਟਰ ਅਸੀਂ ਛੱਡਦੇ ਸੁੱਟ ਕੇ ਘਰਾਂ ਨੂੰ ਪਰਤਦੇ ਹਾਂ, 10 ਦਿਨਾਂ ਬਾਅਦ ਟਮਾਟਰ 80 ਰੁਪਏ ਕਿਲੋ ਵਿਕ ਜਾਂਦਾ। ਇਹ ਸਾਨੂੰ ਦੱਸੋ ਵੀ ਇਹ ਵੋਟਾਂ ਲਈਆਂ ਤੁਸੀਂ ਕਾਹਦੇ ਲਈ? ਇਹ ਸਵਾਲ ਪੰਜਾਬ 'ਚ ਉੱਠਿਆ। ਕੱਲ੍ਹ ਰਹੀਆਂ ਦਾਣਾ ਮੰਡੀਆਂ, ਇਲਾਕਾ ਗਿਆ ਬਹੁਤ ਹੁਕਮ ਆ ਕੇ, ਬਹੁਤ ਵੱਡਾ ਕਚਰਾ ਹਜ਼ਾਰਾਂ ਦੀ ਗਿਣਤੀ 'ਚ। ਇੱਕ ਸਾਡੇ ਬੰਦੇ ਨੂੰ ਹਾਰਟ ਦਾ ਦੌਰਾ ਵੀ ਪੈ ਗਿਆ, ਉਹ ਅਜੇ ਉਹਦੀ ਹਾਲਤ ਖਸਤਾ ਵਾ। ਇੰਨੀ ਗਰਮੀ ਦੇ ਵਿੱਚ ਵੀ ਹਜ਼ਾਰਾਂ ਦੀ ਗੈਰ ਲੋਕ ਮੌਜੂਦਾ ਸਰਕਾਰ ਵੇਲੇ, ਤੇ ਸਾਡਾ ਕੰਮ ਬਣਨਾ ਕਿੱਦਾਂ? ਕਾਰੋਬਾਰ ਦੇ ਪੈਸੇ ਨਹੀਂ ਮਿਲਦੇ, ਭਾਅ ਨਹੀਂ ਮਿਲਦਾ, ਉਹ ਲੰਮੇ ਬਚਿਆ। ਮੈਂ ਸਿਆਸੀ ਗੱਲਾਂ ਨਹੀਂ ਕਰਦਾ, ਮੈਂ ਸਰੋਕਾਰਾਂ ਦੀਆਂ ਗੱਲਾਂ ਕਰਦਾ। ਸਿਆਸੀ ਗੱਲ ਉਦੋਂ ਹੁੰਦੀ ਹੈ ਜਦੋਂ ਮੈਂ ਕਹਾਂ ਸਟੇਜ ਤੋਂ ਖਲੋ ਕੇ ਕਿਹਾ ਤੈਨੂੰ ਹਰਾ ਦਿਓ, ਇਹਨੂੰ ਜਿਤਾਇਓ, ਜੇ ਤਾਂ ਆਪਣਾ ਗੁਜ਼ਾਰਾ ਮੈਂ ਇਹ ਨਹੀਂ ਕਰ ਲੈਂਦਾ। ਇਹ ਸਰੋਕਾਰ ਹੈ ਲੋਕਾਂ ਦੇ, ਇਹ ਸਾਂਝੇ ਮਸਲੇ ਜਿਨ੍ਹਾਂ ਦੀ ਧਨੋਆ ਜੀ ਦਾ ਨੰਬਰ ਖੋਲਦਾ ਰਿਹਾ, ਕੱਲ੍ਹ ਸਾਡੀ ਭੈਣ ਵੀ ਉਹਨਾਂ 3 ਕਦਮਾਂ ਦੇ ਉੱਤੇ ਕੈਂਪ ਲਾਉਂਦੀ ਆ, ਐਨਕਾਂ ਆਣਦੀ ਆ। ਸੋ ਇਸ ਪਰਿਵਾਰ ਦੇ ਬਾਕੀ ਜੀਆਂ ਦੀ ਅੱਜ ਅਸੀਂ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ, ਔਰ ਇੰਦਰਜੀਤ ਨੂੰ ਅੱਜ ਆਪਾਂ ਸਾਰੇ ਸ਼ਬਦਾਂ ਵਿੱਚ ਹੋਰ ਭੇਟ ਕਰਦੇ ਹਾਂ। ਚੰਗਾ ਸੀ, ਨੌਜਵਾਨ ਸੀ, ਦੇਵੀ ਦੀ ਨੌਕਰੀ ਕੀਤੀ, ਰੈਵਨਿਊ ਦਾ ਬੜਾ ਕੰਮ ਕੀਤਾ, ਲੋਕ ਆਏ ਆ।
ਇਸ ਕਰਕੇ ਅਸੀਂ ਅਰਦਾਸ ਕਰਦੇ ਪਰਮਾਤਮਾ ਕਿ ਉਹਨਾਂ ਦੀ ਸ਼ਾਂਤੀ ਨੂੰ ਮੁਕਤ ਬਖਸ਼ੇ। ਕੀ ਕਹਿ ਸਕਦੇ ਹਾਂ ਸਾਰੇ ਪਰਿਵਾਰ ਨੂੰ, ਕਿਆ ਗਿਆ ਪਰਿਵਾਰ ਲੋਕ ਸਾਰਿਆਂ ਦਾ ਤੁਹਾਡਾ ਵਿਨੀ ਆ। ਤੁਸੀਂ ਇੰਨੀ ਗਰਮੀ ਬਹੁਤ ਦੂਰਾਂ ਦੁਰਾਡਿਆਂ ਤੋਂ ਬਹੁਤ ਸਾਰੇ ਲੋਕ ਆਏ ਆ, ਬਾਬਾ ਅਰਜਨ ਤੋਂ ਆਪਣੇ ਵੀਰ ਬੰਦੇ ਵੀ ਆਏ ਆ ਜਿਹੜੇ ਸਾਰੇ ਨਹੀਂ ਬੋਲ ਸਕੇ। ਸੋ ਮੈਂ ਸਾਰਿਆਂ ਦਾ ਪਰਿਵਾਰ ਨੂੰ ਧੰਨਵਾਦ ਕਰਦਾ ਅਤੇ ਬੇਨਤੀ ਕਰਦਾ ਥੱਲੇ ਲੰਗਰ ਦਾ ਪ੍ਰਸ਼ਾਦਾ ਤਿਆਰ ਕਰ ਸਕੇ। ਇਸ ਕੰਪਨੀ ਗੱਡੀ 'ਚ ਸਾਡੇ ਹਰਪਾਲ ਸਿੰਘ ਐਸ ਪੀ ਡੀ ਉਹ ਸਾਡੇ ਵਿੱਚ ਆਏ ਆ, ਡਰੱਗ ਇੰਸਪੈਕਟਰ ਸੁਖਬੀਰ ਸਿੰਘ ਆਏ ਆ, ਕਮਲੀਨ ਕੌਰ ਡਰੱਗ ਇੰਸਪੈਕਟਰ ਆਏ ਆ, ਮਨੋਜ ਭੱਲਾ ਜੀ ਸਿਵਲ ਸਕੱਤਰੇਟ ਚੰਡੀਗੜ੍ਹ ਉਹ ਆਏ ਨੇ, ਤਹਿਸੀਲ ਅਕਾਲੀ ਦੇ ਤਹਿਸੀਲਦਾਰ ਸਾਹਿਬ ਜਗਸੀਰ ਸਿੰਘ ਉਹ ਆਏ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ, ਕੋਟ ਕੋਟ ਤੁਹਾਡੇ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਤੁਸੀਂ ਸਾਡਾ ਸਾਥ ਦਿੱਤਾ, ਸਾਡਾ ਦੁੱਖ ਵਡਾਇਆ ਹੈ। ਵਿਨੋਦ ਕੁਮਾਰ ਜੀ ਨੂੰ ਬੇਨਤੀ ਕਰਦੇ ਹਾਂ ਇੱਕ ਮਿੰਟ ਵਾਸਤੇ, ਇੱਕ ਮਿੰਟ ਵਾਸਤੇ ਅਸੀਂ ਤੁਹਾਡੇ ਕੋਲੋਂ ਖਿਮਾ ਚਾਹੁੰਦੇ ਹਾਂ, ਇੱਕ ਮਿੰਟ ਵਾਸਤੇ ਥੋੜ੍ਹਾ ਦੇ ਰਹੇ ਹਾਂ ਤੁਹਾਨੂੰ। ਗੁਸਤਾਖੀ ਹੈ ਪਰ ਭੈਣ ਜੀ ਦਾ ਹੁਕਮ ਹੋਇਆ ਹੈ ਕਿ ਇੱਕ ਮਿੰਟ ਕੁਝ ਕਹਿਣਾ ਹੈ। ਪੰਜਾਬੀ ਦੇ ਇੱਕ ਕਵੀ ਨੇ ਬੜਾ ਖੂਬਸੂਰਤ ਕਿਹਾ ਹੈ, ਕਈ ਜੰਗ ਦੇ ਹੁਕਮ ਜਲਾ ਟੁਰ ਗਏ, ਕਈ ਖੁਦ ਨੂੰ ਰੱਬ ਖਵਾ ਟੁਰ ਗਏ, ਪਤਾ ਨਹੀਂ ਕਿਹੜੇ ਰਾਹ ਟੁਰ ਗਏ, ਕੋਈ ਪਤਾ ਨਾ ਚੱਲਿਆ ਭਾਜੀ, ਪਤਾ ਨਹੀਂ ਰੱਬ ਕਿਹੜੇ ਰਾਹ ਵਿੱਚ ਰਾਜੀ। ਉਹਦੀ ਰਜ਼ਾ ਨੂੰ, ਉਹਦੀ ਸਮਝ ਨੂੰ, ਉਹਦੀ ਰਮਨ ਨੂੰ ਅੱਜ ਤੱਕ ਕੋਈ ਸਮਝ ਨਹੀਂ ਸਕਿਆ। ਕਹਿੰਦੇ ਪ੍ਰਕਿਰਤੀ ਦੀ ਗੋਦ ਦੇ ਵਿੱਚ ਜਦੋਂ ਜੀਵ ਪਹਿਲਾ ਸਵਾਸ ਲੈਂਦਾ ਹੈ, ਤਿੰਨ ਚੀਜ਼ਾਂ ਦੇ ਪਹਿਲੇ ਸਵਾਸ ਦੇ ਨਾਲ ਹੀ ਨਿਸ਼ਚਿਤ ਹਨ, ਸਮਾਂ ਸਥਾਨ ਤੇ ਸਵਾਸ। ਕਿਸ ਸਮੇਂ ਤੋਂ ਉਸਨੇ ਜਾਣਾ ਹੈ, ਕਿਸ ਸਥਾਨ ਤੇ ਉਸਨੇ ਆਪਣਾ ਆਖਰੀ ਸਵਾਸ ਪੂਰਾ ਕਰਨਾ ਹੈ, ਕਿਸ ਬਹਾਨੇ ਉਸ ਦੁਨੀਆਂ ਤੋਂ ਜਾਣਾ ਹੈ। ਸਾਡੇ ਵੀਰ ਪਰਮ ਮਿੱਤਰ ਇੱਕ ਆਸ ਤੇ ਵਿਸ਼ਵਾਸ ਵਾਲਾ ਸਾਡਾ ਉਹ ਸੱਜਣ ਜਿਹਦੇ ਮੋਢੇ ਦੇ ਸਿਰ ਲੱਗ ਕੇ ਦੁੱਖ ਸੁਣਦੇ ਵੀ ਸੀ ਤੇ ਕਹਿੰਦੇ ਵੀ, ਅਫਸਰ ਦੇ ਨਾਤੇ ਉਹ ਸਾਡੇ ਨਾਲ ਵਿਚਰੇ, ਪਰ ਇੱਕ ਦੋਸਤ ਦੇ ਨਾਤੇ, ਇੱਕ ਇਨਸਾਨ ਦੇ ਨਾਤੇ ਬੜੇ ਵਧੀਆ ਤਰ੍ਹਾਂ ਵਿਚਰੇ। ਉਹਨਾਂ ਦੀ ਜ਼ਿੰਦਗੀ ਦੇ ਉਤਾਰ ਚੜਾ ਮੈਂ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ, ਸਮਾਂ ਜ਼ਿਆਦਾ ਹੋ ਗਿਆ, ਪਰ ਇੱਕ ਸਭਾ ਦੇ ਵਿੱਚ ਇੱਕ ਸਵਾਲ ਕੀਤਾ ਗਿਆ ਸੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਬੋਝ ਕਿਹੜਾ ਹੈ। ਪਰ ਦੋਸਤੋ ਉਹਦਾ ਸਵਾਲ ਦਾ ਜਵਾਬ ਸੀ ਮਾਪਿਆਂ ਦੇ ਮੋਢਿਆਂ ਤੇ ਪੁੱਤਰ ਦਾ ਜਨਾਜ਼ਾ ਦੁਨੀਆਂ ਦਾ ਸਭ ਤੋਂ ਵੱਡਾ ਬੋਝ ਹੈ। ਕੋਈ ਜਾਣਦਾ ਨਹੀਂ ਸੀ ਕਿ ਜਿਸ ਮਾਂ ਨੂੰ ਹਸਪਤਾਲ ਦੇ ਵਿੱਚ ਉਸਦੀ ਜ਼ਿੰਦਗੀ ਨੂੰ ਰਵਾਂ ਕਰਨ ਦੇ ਲਈ ਪੁੱਤ ਕੋਸ਼ਿਸ਼ਾਂ ਕਰ ਰਿਹਾ ਹੈ, ਅੱਜ ਉਸਦੀ ਜ਼ਿੰਦਗੀ ਦੇ ਇੰਨੇ ਘੱਟ ਸਵਾਸ ਰਹਿ ਜਾਣਗੇ। ਮੈਂ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ, ਉਸੇ ਆਪਣੇ ਰੰਗਲੇ ਵਿਛੜੇ ਦੋਸਤ ਨੂੰ, ਸੱਜਣ ਨੂੰ, ਇੱਕ ਵਧੀਆ ਅਫਸਰ ਨੂੰ ਮੈਂ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ। ਜੇ ਕਸ਼ਟ ਝੱਲਿਆ ਹੋਊਗਾ ਜਗਜੀਤ ਸਿੰਘ ਧਨੋਆ ਨੇ, ਤੇ ਆਪਣੇ ਆਪ ਦੇ ਉੱਤੇ ਝੱਲਿਆ ਹੋਊਗਾ, ਸਮਾਜ ਦੇ ਦੂਸਰਿਆਂ ਤੋਂ ਕਦੇ ਵੀ ਤਸ਼ੱਦਦ ਕਰਨ ਦੀ, ਤਕਲੀਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਅਖੀਰ ਦੇ ਵਿੱਚ ਉਹਨਾਂ ਦੇ ਲਈ ਇੰਨਾ ਹੀ ਨਾਂ ਗਾ ਕੇ ਹਜ਼ਾਰੋਂ ਸਾਲ ਨਰਕੀ ਸਾਪਣੀ ਬੇਨੋਮੀ ਤੇ ਹੁੰਦੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇਂ ਦੀਵਾ ਵਰ ਪੈਦਾ, ਪਰ ਮਾਂ ਦੀ ਕੁੱਖ ਤੋਂ ਇੰਦਰਜੀਤ ਧਨੋਆ ਵਰਗੇ ਲਾਲ ਪੈਦਾ ਨਹੀਂ ਹੁੰਦੇ। ਪਰਮਾਤਮਾ ਕਰੇ ਉਸ ਨੇਕ ਇਨਸਾਨ, ਉਸ ਨਿਰਕ ਰੂਹ ਨੂੰ ਆਪਣੇ ਚਰਨਾਂ 'ਚ ਮਾਫ ਬਖਸ਼ੇ, ਔਰ ਅਸੀਂ ਜਿਹੜੇ
ਉਹਨਾਂ ਦੇ ਸੱਜਣ ਮਿੱਤਰ ਸਾਨੂੰ ਵੀ ਸਰਵਿਸ ਦੇ ਦੌਰਾਨ ਉਹਨਾਂ ਦੇ ਪਦ ਜਿਨ੍ਹਾਂ ਦੇ ਚੱਲਣ ਦੇ ਉਹਨਾਂ ਦੀ ਗੀਤ ਦੇ ਤਰੀਕਿਆਂ ਦੇ ਚੱਲਣ ਦੀ ਤਾਕਤ ਬਖਸ਼ੇ ਨਾ ਸ਼ਰਧਾ ਦਾ ਨਾਲ ਜਿਹਨਾਂ ਦਾ ਜਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ। ਕਮਲ ਜੀ ਵੱਲੋਂ ਧਨੋਆ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਗੁਰੂ ਦਾ ਲੰਗਰ ਪਿਆ। ਸੋ ਬੇਨਤੀ ਆ ਵੀ ਉਹ ਕੋਈ ਵੀ ਜਿਹੜਾ ਵੀਰ ਹੈ ਭੈਣ ਭਰਾ ਆਪਣੇ ਪ੍ਰਸ਼ਾਦਾ ਤੋਂ ਛਕਣ ਤੋਂ ਬਿਨਾਂ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਮਾਇਨੇ ਨਹੀਂ ਜੋ ਮੇਰੇ ਕਾਬੂ ਵਾਲੀ ਰਿਪੋਰਟ।